ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ ਜੀ। ਅੱਜ ਅਸੀਂ ਸਾਰੇ ਪਰਿਵਾਰ ਸਮੇਤ ਕਰਤਾਰਪੁਰ ਸਾਹਿਬ ਪਾਕਿਸਤਾਨ ਦਰਸ਼ਨ ਕਰਨ ਜਾ ਰਹੇ ਹਾਂ। ਤੁਹਾਨੂੰ ਪਹਿਲਾਂ ਵੀਡੀਓ ਪਾਈ ਸੀ ਕਿੱਦਾਂ ਸਿਚੁਏਸ਼ਨ ਗੰਨੀ ਆ, ਤੁਹਾਨੂੰ ਦਿਖਾ ਰਹੇ ਹਾਂ। ਇਹ ਇਸ ਤਰ੍ਹਾਂ ਇੱਕ ਤੁਹਾਨੂੰ ਜਾਣ ਤੋਂ ਇੱਕ ਦਿਨ ਪਹਿਲਾਂ ਲੈਟਰ ਆਉਂਦੀ ਹੈਗੀ ਆ ਮੇਲ 'ਤੇ ਜਾਂ ਮੈਸੇਜ 'ਤੇ ਇਮੀਗ੍ਰੇਸ਼ਨ ਡਿਪਾਰਟਮੈਂਟ ਵੱਲੋਂ, ਕਿ ਭਾਰਤ ਸਰਕਾਰ ਦੇ ਇਮੀਗ੍ਰੇਸ਼ਨ ਡਿਪਾਰਟਮੈਂਟ ਵੱਲੋਂ ਇਸ ਤਰ੍ਹਾਂ ਇੱਕ ਆਉਂਦੀ ਹੈ ਕਿ ਤੁਹਾਡੀ ਕਨਫਰਮੇਸ਼ਨ ਹੋ ਗਈ, ਤੁਸੀਂ ਹੁਣ ਜਾ ਸਕਦੇ ਹੋ ਪਾਕਿਸਤਾਨ। ਜੋ ਪੁਲਿਸ ਵੈਰੀਫਿਕੇਸ਼ਨ ਹੁੰਦੀ ਨਾ, ਉਸ ਤੋਂ ਬਾਅਦ ਇਹ ਆਉਂਦੀ ਹੈਗੀ। ਇਹਦਾ ਇੱਕ ਪ੍ਰਿੰਟ ਆਊਟ ਕੱਢ ਲੈਣਾ, ਅਤੇ ਇਹਦਾ ਪ੍ਰਿੰਟ ਆਊਟ ਕੱਢ ਕੇ ਇਹਦੇ ਨਾਲ ਆਪਣਾ ਜੋ ਵੀ ਹੈ ਕੋਵਿਡ ਦੀ ਵੈਕਸੀਨ ਲੱਗੀ ਹੋਈ ਹੈ ਉਹਦਾ ਪ੍ਰਿੰਟ ਆਊਟ ਕੱਢ ਲਓ, ਠੀਕ ਹੈ। ਇਹ ਲਗਾ ਕੇ ਹੁਣ ਅਸੀਂ ਜਾ ਰਹੇ ਹਾਂ, ਅਤੇ $20 ਦਾ ਨਾਲ ਨੋਟ ਜ਼ਰੂਰ ਲੈ ਕੇ ਜਾਣਾ। ਜੇ ਡਾਲਰ ਨਹੀਂ ਹੈਗੇ ਤਾਂ ਇੰਡੀਅਨ ਕਰੰਸੀ ਤੁਹਾਡੀ ₹300 ਵੱਧ ਲੱਗੇਗੀ। ਇਹ $20 ₹1500 ਬਣ ਜਾਂਦਾ। ਇਹ $20 ਉੱਥੇ ਲੈਣੇ ਫੀਸ ਪਾਕਿਸਤਾਨ ਸਰਕਾਰ ਨੇ, ਠੀਕ ਹੈ। ਭਾਰਤ ਸਰਕਾਰ ਨੇ ਨਹੀਂ ਲੈਣੀ, ਪਾਕਿਸਤਾਨ ਦੀ ਸਰਕਾਰ ਲੈਂਦੀ ਹੈ $20 ਦਾ ਨੋਟ, ਰੁਪਈਏ ਵੀ ਤੁਹਾਡੀ ਜਿਹੜੀ ਹੈ ਉੱਥੇ ਉਹ ਦਰਸ਼ਨ ਕਰਨ ਦੀ ਫੀਸ ਹੈਗੀ ਹੈ, ਠੀਕ ਹੈ ਜੀ। ਜਿੰਨੇ ਬੰਦੇ ਆ ਉਨੇ ਆਉਣੇ ਆ। ਅੱਜ ਆਪਾਂ ਆਪਣੇ ਵੱਲੋਂ ਉੱਥੇ ਜਾ ਰਹੇ ਹਾਂ, ਉੱਥੇ ਇਹ ਸੇਵਾ ਸਾਡੀ ਜੋ ਕਿ ਭੂਆ ਦੀ ਫੈਕਟਰੀ ਹੈ ਹੋਜ਼ਰੀ ਦੀ, ਉਹਨਾਂ ਵੱਲੋਂ ਬੜੇ ਸੋਹਣੇ ਮਫਲਰ ਆਏ ਨੇ। ਇਹ ਉੱਥੇ ਜਿਹੜੀ ਕਰਤਾਰਪੁਰ ਦਾ ਸੇਵਾਦਾਰ ਹੁੰਦੇ ਨੇ, ਕੁਛ ਸਕਿਉਰਟੀ ਗਾ, ਉਹਨਾਂ ਨੂੰ ਭੇਟਾ ਕਰਨੀ ਹੈਗੀ ਅਸੀਂ ਆਪਣੇ ਵੱਲੋਂ। ਹੁਣ ਜਾ ਰਹੇ ਜੀ ਐਤਵਾਰ 28/11/2021 ਕਰਤਾਰਪੁਰ ਸਾਹਿਬ ਜਾਣਾ। 6 ਵਜੇ ਤੋਂ ਅਸੀਂ 7 ਵਜੇ ਨਿਕਲ ਰਹੇ ਹਾਂ। ਦੇਖਦੇ ਹਾਂ ਕਿੰਨਾ ਕੁ ਟਾਈਮ ਲੱਗਦਾ ਲੁਧਿਆਣੇ ਤੋਂ ਕਰਤਾਰਪੁਰ ਸਾਹਿਬ ਜਾਂਦੇ ਆ। ਉੱਥੇ ਇਮੀਗ੍ਰੇਸ਼ਨ ਦਿਖਾਵਾਂਗੇ ਕਿਸ ਤਰ੍ਹਾਂ ਹੁੰਦੀ, ਕੀ ਕੀ ਪ੍ਰੋਸੈਸ ਹੁੰਦਾ ਸਾਰਾ ਕੁਝ, ਅਤੇ ਤੁਹਾਨੂੰ ਕੋਲ ਦਾ ਸਾਰਾ ਸੈਕਸ਼ਨ ਵੀ ਕਰਾਵਾਂਗੇ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ। ਫਤਿਹ ਜੀ, ਇਹ ਹੈਗਾ ਜੀ ਕਰਤਾਰਪੁਰ ਸਾਹਿਬ ਲੰਘ, ਤੁਹਾਡਾ ਸਵਾਗਤ ਹੈ। ਅਸੀਂ ਪਹੁੰਚ ਗਏ ਹਾਂ, ਜਾ ਰਹੇ ਹਾਂ ਜੀ ਲੰਘੇ ਵਾਲੇ ਪਾਸੇ ਨੂੰ। ਦੇਖਦੇ ਹਾਂ ਉੱਥੇ ਕਿੰਨੀ ਕੁ ਸੰਗਤ ਕੀ ਹੈ ਜੀ। ਪਹੁੰਚ ਚੁੱਕੇ ਹਾਂ ਜੀ, ਇਹ ਲੰਘਾ ਜੀ, ਲੰਘੇ ਵਾਲੀ ਰੋਡ, ਬਾਰਡਰ ਟਰਮੀਨਲ ਕਰਤਾਰਪੁਰ ਸਾਹਿਬ, ਅੱਜ ਐਤਵਾਰ 28/11/2021। ਆ ਗਿਆ ਜੀ ਕਰਤਾਰਪੁਰ ਕੋਰੀਡੋਰ, ਚੈਕਿੰਗ ਹੋ ਗਈ ਇੱਕ, ਦੂਸਰੀ ਚੈਕਿੰਗ ਹੋਣ ਜਾ ਰਹੀ ਹੈ। ਲੋਕ ਇੱਥੇ ਸੁਰਮਨਦੀਪ ਸਿੰਘ ਨਵਰੀਤ ਸਿੰਘ ਐਂਟਰੀ ਹੋ ਗਈ ਹੈ ਜੀ। ਇੱਥੇ ਪਾਸਪੋਰਟ ਚੈੱਕ ਕਰ ਦਿੱਤੇ ਗਏ ਨੇ, ਗੱਡੀ ਅੱਗੇ ਆ ਗਈ ਹੈ। ਇਹ ਕੋਰੀਡੋਰ ਹੈ, ਰਸ਼ ਨਹੀਂ ਹੈ, ਥੋੜ੍ਹਾ ਜਿਹਾ ਘੱਟ ਹੀ ਹੈ। ਰੁਕੋ ਤੁਸੀਂ ਹੁਣ ਇੱਧਰ, ਸ਼ਾਮ ਤੱਕ ਜਾ ਕੇ ਆਏ ਅਸੀਂ, ਠੀਕ ਹੈ ਜੀ। ਵਾਹਿਗੁਰੂ ਜੀ, ਅਸੀਂ ਪਹੁੰਚ ਚੁੱਕੇ ਹਾਂ ਜੀ ਕਰਤਾਰਪੁਰ ਕੋਰੀਡੋਰ। ਪਿੱਛੇ ਦੇਖੋ ਭਾਰਤ ਦਾ ਫਲੈਗ, ਇੰਡੀਆ ਦਾ ਫਲੈਗ, ਸੰਗਤ ਬਹੁਤ ਹੈ, ਬਹੁਤ ਗੱਡੀਆਂ ਆਈਆਂ ਹੋਈਆਂ ਨੇ। ਆ ਜਾਓ ਲੈ ਕੇ ਚੱਲੀਏ ਤੁਹਾਨੂੰ ਦਰਸ਼ਨ ਕਰਾਉਣ। ਪਾਸਪੋਰਟ ਚੈੱਕ ਹੋ ਰਿਹਾ ਇੱਥੇ, ਕਨਫਰਮੇਸ਼ਨ
कौर, सरमनदीप सिंह, कॉरीडोर गेट नंबर 2 एयरपोर्ट टाइप बना है। इतने वैक्सीन पोलियो ड्रॉप कराए जाते हैं, वैक्सीन चेक हो रही है। ब्राउन चाहिए कोरीडोर ब्राउन ये कोरीडोर होटल टर्मिनल ब्राउन दे दो। वैक्सीन तो लगी है, पोलियो ड्रॉप पे आ जा रहे हैं। हाँ जी, हाँ जी, 9888 चलो बना दे एक। बाहर डेली वापस चला जाएगा। मोबाइल वगैरह जो सामान है चलो जी, लो जी। सर जी इसको थोड़ा डू नॉट माइंड प्लीज ओपन इट रिमूव इट और प्लीज राइट योर नेम एंड फोन नंबर। मैडम थैंक यू। ਗੱਡੀਆਂ ਤੋਂ ਲੈ ਕੇ ਜਾਣਗੀਆਂ ਸਾਨੂੰ ਤੇ ਬੈਠਾਂਗੇ ਆਈ ਜਾਂਦੀਆਂ ਨੇ। ਬੈਠੋ ਬੈਠ ਜਾਓ, ਇੱਥੇ ਫੋਟੋ ਖਿੱਚ ਗੱਡੀ ਦਾ। सर मैं फोटो खिंच लेंगे इंडिया एरिया पाकिस्तान आया। आप अगे जाना
नंबर नहीं है आपके पास? ठीक है, जो आप कल तीन दिन पहले करवाते हैं फ्रेश रिपोर्ट नहीं, वो नहीं ली, वो नहीं करवाई थी मैंने। अच्छा, क्या पूछना है? वेलकम जी, करो मेडिकल टीम बैठी है, कोरोना के फार्म चैक होंगे ने, वैक्सीन लगी नहीं लगी, आरटीपीसीआर टेस्ट जो भी है उसकी चैक हो। पीसीआर कोड नहीं है ना, वैक्सीन लगी है, बैज है, पासपोर्ट दिखाया। इतने कोरोना की रिपोर्ट टेस्ट होती है, जो तुम लैके आए तो ठीक है, नहीं हो लैके आए तो इतने होएगी हूँ थोड़ी। इतने जी संगत आ रही है जी, जिदों का कोरोना टेस्ट होया होया उतों इंडिया तो ठीक है, जे नहीं होया होया तो इतने करवाना पेगा जी, ये जरूरी हैगा, नोट कर लवे सिख संगत, जी भी संगत आ रही हैगी है बिना करोना रिपोर्ट तो एंट्री नहीं हैगी। पोलियो पे आती इतने एक टेस्ट करता, किदा आंदी रिपोर्ट देखिए, देखो जी की आंदा जी, सरवण दा टेस्ट होने लगा दूजी बार, पहला स्कूले होया थी हुण इत्थे हो रहा, स्कूले आ थी टेस्ट लिया रिपोर्ट हो गई है नेगेटिव, कोरोना टेस्ट हो गया, कुछ नहीं निकलिया, जा रहे हैं जी दर्शन कर। हाँ है, दे दो पाकिस्तानी करंसी, दे दो इंडिया भी चल जाते अंदर, चलो कोई नहीं 1000 रुपए दे दो। इतने करंसी चेंज होती इंडियन करंसी, आप देती 1000, किन्ने मिलते पाकिस्तानी जी? 2000 वध मिलता।
पाकिस्तानी करंसी अपना 1000 रुपए देने पासपोर्ट नहीं देना लो जी चलिए जी पासपोर्ट लिया जी लो जी कल्ले पासपोर्ट चाहिए होना अच्छा लो जी स्टार्ट करने स्टार्ट होने ना हाँ लो हाँ ले लो फिर और दे दो अभी दे दो हाँ ले लो इतने डॉलर जमा हो रहे जी $60 हुए हैं तीन बंदे साढ़े $20 पर होंदा ठीक है जी ये इतने फीस जमा होंदी है ਜਿਵੇਂ ਪਰਮਿਟ ਇਸ਼ੂ ਹੁੰਦਾ ਕਿਸੇ ਪਰਮਿਟ ਮਿਲਦਾ ਇਹ ਦੇਣੇ ਪੈਂਦੇ ਹੈਗੇ ਆ ਜੇ ਨਹੀਂ ਹੈਗੇ ਡਾਲਰ ਇੱਥੋਂ ਵੀ ਡਾਲਰ ਲੈ ਸਕਦੇ ਆ ਜਿਹੜੇ ਨਹੀਂ ਲੈ ਕੇ ਆਉਂਦੇ ਜੇ ਲੈ ਕੇ ਆਇਓ ਤਾਂ ਵਧੀਆ ਗੱਲ ਹੈ ਉਹ ਜੀ ਆ ਪਾਸਪੋਰਟ 'ਤੇ ਇਹ ਬਣ ਗਿਆ ਜੀ ਅਤੇ ਇਹ ਆਪਾਂ ਅੰਦਰ ਜਾ ਕੇ ਦੇਣਾ ਇੱਥੇ ਐਂਟਰੀ ਹੋਣੀ ਹੈ ਅਤੇ ਜਿੰਨੇ ਬੰਦੇ ਆ ਉਹਨਾਂ ਨੂੰ ਮਿਲਣਗੇ ਜਾਂ ਗੁਰਜੀਤ ਕੌਰ ਦੀ ਹੁਣ ਚੱਲੇ ਹਾਂ ਜੀ ਅਸੀਂ ਹੁਣ ਚੱਲੇ ਹਾਂ ਜੀ ਕਰਤਾਰਪੁਰ ਸਾਹਿਬ ਸਾਰਾ ਕੁਝ ਹੋ ਗਿਆ ਡਾਲਰ ਦੇਤੇ ਫੀਸ ਦੇ ਦਿੱਤੀ ਆਹਾਂ ਲੰਘਾ ਇਮੀਗ੍ਰੇਸ਼ਨ ਆਫਿਸ ਇਮੀਗ੍ਰੇਸ਼ਨ ਆਫਿਸ ਇਹਨਾਂ ਦਾ ਪਾਕਿਸਤਾਨ ਇਮੀਗ੍ਰੇਸ਼ਨ ਆਫਿਸ ਮਿਲਦੇ ਹਾਂ ਆਪਣੀ ਚੈਕਿੰਗ ਕਰਵਾ ਕੇ ਪਾਕਿਸਤਾਨ ਦੇ ਇਮੀਗ੍ਰੇਸ਼ਨ ਕਾਊਂਟਰ 'ਤੇ ਇੱਥੇ ਤੁਸੀਂ ਪਾਸਪੋਰਟ ਦੇਣਾ ਅਤੇ $20 ਵਾਲੀ ਜਿਹੜੀ ਹੈ ਉਹ ਫੀਸ ਦੀ ਰਸੀਦ ਦੇਣੀ ਹੈ ਜੀ ਇੱਥੇ ਤੁਹਾਡੇ ਉਂਗਲਾਂ ਦੇ ਨਿਸ਼ਾਨ ਲੈਣੇ ਨੇ ਪਾਸਪੋਰਟ ਮੈਨੂੰ ਵਾਪਸ ਮਿਲ ਗਿਆ ਇੱਕ ਪਰਚੀ ਉਹਨਾਂ ਨੇ ਰੱਖ ਲਈ ਹੈ ਇੱਕ ਪਰਚੀ ਸਾਨੂੰ ਵਾਪਸ ਕਰ ਦਿੱਤੀ ਗਈ ਹੈ ਠੀਕ ਹੈ ਜੀ ਇਹ ਸਾਂਭ ਕੇ ਰੱਖਣੀ ਹੈਗੀ ਹੈ ਆਪਣੇ ਫਾਰਮ ਬਾਕੀ ਇੱਥੇ ਨਹੀਂ ਦਿਖਾਉਣੇ ਇੱਥੇ ਸਿਰਫ ਪਾਸਪੋਰਟ ਅਤੇ $20 ਵਾਲੀ ਰਸੀਦ ਦੀ ਫੀਸ ਦਿਖਾਉਣੀ ਹੈ ਇਮੀਗ੍ਰੇਸ਼ਨ ਹੋ ਗਈ ਹੈ ਜੀ ਹੁਣ ਆਪਾਂ ਅੱਗੇ ਜਾਣਾ ਹੈ ਜੀ ਪਾਸਪੋਰਟ ਚੈੱਕ ਕਰਕੇ ਤੁਹਾਨੂੰ ਆਈਡੀ ਦਿੱਤੀ ਜਾ ਰਹੀ ਹੈਗੀ ਹੈ ਗੱਲ 'ਚ ਪਾਉਣ ਵਾਲੀ ਰੱਖਣੀ ਹੈ ਸਰਮਨਦੀਪ ਸਿੰਘ ਇੱਥੇ ਹੋ ਰਹੀ ਹੈ ਚਲੋ ਹਾਂਜੀ ਇਹ ਦੂਜੀ ਵਾਰ ਆ ਰਿਹਾ ਜੀ ਇਹ ਕਿਸੇ ਨੂੰ ਗਿਫਟ ਦੇਣਾ ਹੈ ਹਾਂਜੀ 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 ਸੇਵਾ ਦਾ ਕੋਈ ਇੱਥੇ ਮੱਥਾ ਟਿਕਾ ਕੇ ਨਾ ਉਸ ਤੋਂ ਬਾਅਦ ਬਸ ਹੈ ਕਰਤਾਰਪੁਰ ਸਾਹਿਬ ਦੀ ਇਹ ਲੈ ਕੇ ਜਾਏਗੀ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਉਹ ਪਿੱਛੇ ਇਮੀਗ੍ਰੇਸ਼ਨ ਕਾਊਂਟਰ ਇਮੀਗ੍ਰੇਸ਼ਨ ਹੋ ਗਈ ਆਹ ਇੱਕ ਆਈਡੀ ਮਿਲ ਗਈ ਆਹ ਦੇਖੋ ਯਾਤਰੀ ਵਾਲੀ ਇਸ ਤਰ੍ਹਾਂ ਦੀ ਆਈਡੀ ਮਿਲਦੀ ਹੈ ਇਹਨੂੰ ਆਪਣੇ ਗੱਲ 'ਚ ਪਾ ਲਓ ਤੁਸੀਂ ਯਾਤਰੀ ਹੈਗੇ ਹੋ ਠੀਕ ਹੈ ਜੀ ਚਲੋ ਜੀ ਚਲੋ ਬਸ ਚਲੋ ਇਹ ਖੇਤ ਪਾਕਿਸਤਾਨ ਦੇ ਆ ਘੋੜੇ ਪਾਕਿਸਤਾਨ ਦੇ ਗੁਰਜੀਆਂ ਦੇ ਘੋੜੇ ਟ੍ਰੇਨਿੰਗ ਵਾਲੇ ਬਸ 'ਚ ਬੈਠੇ ਜਾ ਰਹੇ ਕਰਤਾਰਪੁਰ ਸਾਹਿਬ
ਉਲਾਂਗਾ ਸੰਗਤ ਦਰਿਆਵਾਂ ਦੀ ਧਰਤੀ ਪੰਜਾਬ ਰਾਵੀ ਸਤਲੁਜ ਪਿਆਸ ਇਹ ਜੇਲਮ ਪਾਕਿਸਤਾਨ ਚ दर्शनी ड्योडी पाकिस्तान गुरुद्वारा साहब दी पाकी साहब चलाओ असी पहुंच गए करतारपुर साहब ये जोड़ा कर जोड़े दिते जा रहे ने 121 नंबर फड़ी ना रखी जा रहे आए थे सिर्फ सेंटर वाला ही ना ਵਾਹਿਗੁਰੂ ਜੀ ਪਹੁੰਚ ਚੁੱਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਬੰਦੇ ਆਏ ਨੇ ਕਹਿੰਦੇ ਅੱਜ ਐਤਵਾਰ ਨੂੰ ਬਹੁਤ ਘੱਟ ਸੰਗਤ ਆ 1500 ਬੰਦੇ ਆ ਸਕਦੇ ਨੇ ਪਰ ਰੁਕ ਕੇ 1500 ਬੰਦੇ ਦਾ ਸਰਕਾਰ ਦਿੰਦੀ ਆ ਅਸੀਂ ਪਹੁੰਚ ਚੁੱਕੇ ਹਾਂ ਕਰਤਾਰਪੁਰ ਸਾਹਿਬ ਗੁਰਦੁਆਰਾ ਦੇ ਵਿੱਚ ਅੱਜ ਐਤਵਾਰ 28/11/2021 ਦਿਨ ਐਤਵਾਰ ਦਾ ਸੰਗਤ ਬਹੁਤ ਘੱਟ ਆ ਇੰਨੀ ਸੰਗਤ ਨਹੀਂ ਹੈਗੀ ਸਿਰਫ 163 ਯਾਤਰੀ ਆਏ ਨੇ ਭਾਰਤ ਤੋਂ ਅਤੇ ਹੈਗਾ ਜੀ ਕਰਤਾਰਪੁਰ ਸਾਹਿਬ ਗੁਰਦੁਆਰਾ ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਆਪਣਾ ਆਖਰੀ ਜੀਵਨ ਬਤੀਤ ਕੀਤਾ ਖੇਤੀਬਾੜੀ ਕੀਤੀ ਅਤੇ ਉੱਥੇ ਖੂਹ ਵੀ ਹੈ ਨਾਨਕ ਪਾਤਸ਼ਾਹ ਦਾ ਜਿੱਥੋਂ ਪਾਣੀ ਸੀ ਸਾਰੇ ਖੇਤ ਇੱਥੇ ਮਰੂਦਾਂ ਦੇ ਖੇਤ ਨੇ ਨਾਨਕ ਪਾਤਸ਼ਾਹ ਦੀ ਸਾਰੀ ਧਰਤੀ ਗੁਰੂ ਮਹਾਰਾਜ ਦੀ ਹੈਗੀ ਹੈ ਜੀ ਦਰਸ਼ਨ ਦੀਦਾਰ ਕਰੋ ਗੁਰਦੁਆਰਾ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਚੁੱਕੇ ਹਾਂ ਸਾਹਿਬ ਇੱਥੇ ਬਾਬਾ ਜੀ ਦਾ ਗੁਰਦੁਆਰਾ ਸਾਹਿਬ ਵਾਲੇਕੁਮ ਸਲਾਮ ਜ਼ਾਹਰ ਸਾਹਿਬ ਕੀ ਹਾਲ ਨੇ ਅਸੀਂ ਕਰ ਰਹੇ ਹਾਂ ਅਤੇ ਕਰਤਾਰਪੁਰ ਸਾਹਿਬ ਪਾਕਿਸਤਾਨ ਸਰਮਨਦੀਪ ਸਿੰਘ ਯਤਨ ਕਰਨ ਲੱਗੇ ਨੇ
ਇਹ ਉਹ ਸਥਾਨ ਜਿੱਥੇ ਬਾਬਾ ਜੀ ਦਾ ਮੁਸਲਿਮ ਭਾਈਚਾਰੇ ਨੇ ਕਿਹਾ ਕਿ ਅਸੀਂ ਦਫਨਾਉਣਾ, ਹਿੰਦੂ ਕਹਿੰਦੇ ਸੰਸਕਾਰ ਕਰਨਾ, ਅਤੇ ਚੱਦਰ ਸੀ ਅਤੇ ਫੁੱਲ ਆ ਗਏ ਸੀ। ਇਹ ਲੋਕਲ ਸੰਗਤ ਬੱਚੇ ਸਾਰੇ ਸਕੂਲ ਦੇ ਆਏ, ਇਹਨਾਂ ਦੇ ਉਹਦੀ ਵੀਡੀਓ ਆਪ ਹੀ ਇੱਕ ਹੋਰ ਖੜੇ ਕਹਿੰਦੇ ਆਦੇ ਇੱਥੇ ਨਾ ਉੱਪਰ ਆਪ ਉੱਪਰ ਪੜੇ ਇੱਥੇ ਹਾਂ ਹਾਂ ਮਾਸ਼ਾਅੱਲਾ ਬਹੁਤ ਅੱਛੀ ਫੋਟੋ ਖਿਚਾਉਣੀ ਇਹਨਾਂ ਦੇ ਰਹੇ ਇਹ ਉਹ ਕਿਰਪਾਨ ਸਾਹਿਬ ਜਿਹੜੀ ਇਮਰਾਨ ਖਾਨ ਜੀ ਨੇ ਮੂਰਤ ਕੀਤਾ ਸੀ ਖੰਡਾ ਸਾਹਿਬ ਗੁਰਦੁਆਰਾ ਸਾਹਿਬ ਬੜੀ ਸੰਗਤ ਆਈ ਹੋਈ ਹੈ ਇੱਥੋਂ ਦੀ ਲੋਕਲ ਅੱਜ ਬਹੁਤ ਭਾਗਾਂ ਦਾ ਦਿਨ ਸੁਰਮਨਦੀਪ ਸਿੰਘ ਨੇ ਵੀ ਕੀਰਤਨ ਕੀਤਾ ਜਿੱਥੇ ਤਰਨੀਕ ਸਪੋਰਟ ਵੱਲੋਂ ਆਇਆ ਹੋਇਆ ਉਹ ਮਫਲਰ ਭਾਈ ਸਾਹਿਬ ਨੇ ਪਾਇਆ, ਦੇਖੋ ਕਿੱਡਾ ਵਧੀਆ ਲੱਗਦਾ। ਆ ਜੀ ਵਾਹ ਹਾਲ ਜੀ, ਲੰਗਾਦਾਰ ਦੇ ਸੇਵਾਦਾਰ ਨੇ ਜੀ, ਇਹਨਾਂ ਨੂੰ ਵੀ ਦਿੱਤਾ। ਖੋਲ੍ਹੋ ਜੀ, ਖੋਲ੍ਹੋ ਖੋਲ੍ਹੋ, ਖੋਲ੍ਹ ਕੇ ਦੇਖੋ, ਖੋਲ੍ਹ ਕੇ ਦੇਖੋ ਨਾ ਜੀ, ਪਸੰਦ ਵੀ ਆਇਆ ਕਿ ਨਹੀਂ ਆਇਆ? ਹਾਂ ਮਫਲਰ ਠੰਡ ਤੋਂ ਬਚੋ। ਇੱਧਰ ਹੈ ਜੀ ਪਾਕਿਸਤਾਨ ਦਾ ਬਾਜ਼ਾਰ, ਗੁਰਦੁਆਰਾ ਸਾਹਿਬ ਦੇ ਬਾਹਰ ਬਾਜ਼ਾਰ ਹੈ ਭਾਈ ਅਜੀਤਾ ਜੀ ਬਾਜ਼ਾਰ। ਲੋਕ ਬਹੁਤ ਮਤਲਬ ਹਸਮੁਖ ਸੁਭਾਅ ਦੇ ਨੇ, ਮਿਲਦੇ ਨੇ, ਫੋਟੋਆਂ ਖਿਚਾਉਂਦੇ ਨੇ। ਇੱਧਰ ਬਹੁਤ ਵਧੀਆ ਚੀਜ਼ ਬਣੀ ਹੈ ਜੀ ਇਮਰਾਨ ਖਾਨ ਦੀ, ਉਹਦੇ ਗੇਟ, ਇਹ ਗੇਟ ਹੈ, ਗੇਟ ਤੋਂ ਬਾਹਰ ਉੱਧਰ ਸੜਕ ਹੈ ਪਾਕਿਸਤਾਨ ਦੀ ਜਿਹੜੀ ਜਾਂਦੀ ਹੈ ਬਾਜ਼ਾਰ ਕਰਤਾਰਪੁਰ ਨੂੰ ਬਾਹਰ ਜਾਂਦਾ, ਉਹ ਬੰਦ ਕੀਤਾ ਗਿਆ। ਫੌਜੀ ਵਗੈਰਾ ਖੜ੍ਹੇ ਨੇ, ਸੰਗਤ ਆਈ ਹੋਈ ਬੜੀ ਜ਼ਿਆਦਾ। ਆਓ ਤੁਹਾਨੂੰ ਬਾਜ਼ਾਰ ਦੇ ਦਰਸ਼ਨ ਕਰਾਈਏ, ਦੇਖੀਏ। ਅੱਛੀ ਵਰਾਇਟੀ ਉਸ ਤੋਂ ਪਾਕਿਸਤਾਨੀ ਕਿਹੜੀ ਇੰਡੀਆ ਦਾ ਲੈ ਪਾਕਿਸਤਾਨੀ ਕਿੱਥੇ ਪਾਕਿਸਤਾਨੀ ਪਈ ਹੈ ਲੋ ਜੀ ਪਾਕਿਸਤਾਨ ਹੋ ਗਿਆ ਨਾ ਕਿੰਨੇ ਬਣੇ 400 ਨਹੀਂ ਆਇਆ ਆਪਣੇ 400-200 ਵਾਪਸ ਮਿਲ ਗਏ ਆਪਾਂ ਨੂੰ। ਠੀਕ ਹੈ ਜੀ, ਦੇਖੀਏ
ਅਸੀਂ ਹੁਣ ਜਾ ਰਹੇ ਹਾਂ ਵਾਪਸ ਇੰਡੀਆ। 3 ਵੱਜ ਗਏ ਸ਼ਾਮ ਦੇ, 4 ਵਜੇ ਵਾਪਸੀ ਹੈ। ਦੇਖੋ ਸੰਗਤ ਉੱਥੋਂ ਵਾਪਸ ਜਾ ਰਹੀ ਹੈ, ਬੱਸਾਂ ਖੜ੍ਹੀਆਂ ਹੋਈਆਂ ਨੇ, ਸਾਰੀ ਸੰਗਤ ਜਾ ਰਹੀ ਹੈ। ਦਿਲ ਤਾਂ ਨਹੀਂ ਕਰਦਾ ਜਾਣ ਨੂੰ, ਪਰ ਕੀ ਕਰੀਏ, ਮਜਬੂਰੀ ਹੈ, ਜਾਣਾ ਪੈਂਦਾ। ਠੀਕ ਹੈ ਜੀ, ਬੋਲੇ ਸੋ ਨਿਹਾਲ ਸੋ ਸ੍ਰੀ ਅਕਾਲ। ਨੋਰਮਲ ਫੌਜੀ ਨੂੰ ਕਰਾਉਂਦਾ, ਦੂਜੇ ਕਰਾ ਲੈਂਦੇ ਮਤਲਬ ਅਫਸਰ। ਇੰਡੀਆ ਉੱਧਰ ਲਿਆ ਲਿਆ ਤੇਰੀ ਫੋਟੋ। ਕਿਹੜਾ ਕਿਹੜਾ ਕਮਾਟਾ ਕਰ ਕੇ ਦਿਆ ਇਹ ਵੀ ਆ ਫਿਰ ਹਾਂ ਉਹ ਸੰਗਤ ਪੀਲਾ ਕਿਹੜਾ ਆ ਗਿਆ।